ਦੀਆਂ ਦੀਆਂ ਮਿਹਰਬਾਨੀਆਂ ਲਈ ਬਹੁਤ ਅੱਛਾ ਖੁਦਾ ਹੈ ਸਾਨੂੰ ਪਿਆਰ ਕਰਨ ਵਾਲਾ ਖੁਦਾ ਹੈ ਅਸੀਂ ਪਾਪੀ ਅਪਰਾਧੀ ਲੋਕ ਸੀ ਅਸੀਂ ਉਹਦੇ ਬੇਟੇ ਕਹਾਉਣ ਦੇ ਯੋਗ ਨਹੀਂ ਸੀ ਜਿਹਨੇ ਸਾਨੂੰ ਆਪਣਾ ਬੇਟਾ ਬਣਾਇਆ ਇੱਕ ਐਤ ਪੜ੍ਹ ਲਓ ਪ੍ਰਕਾਸ਼ ਦੀ ਪੋਥੀ 17 ਬਾਬ ਉਹਦੀ 12 ਐਤ ਉਹ ਦਸ ਸਿੰਘ ਜਿਹੜੇ ਤਾਂ ਵੇਖੇ ਉਹ ਦਸ ਰਾਜੇ ਹਨ ਇਹ ਜਦੋਂ ਲਿਖਤ ਲਿਖੀ ਗਈ ਉਦੋਂ ਅਜੇ ਉਹ ਨਹੀਂ ਸੀ ਆਏ ਤੇ ਨਾ ਉਹਨਾਂ ਨੂੰ ਰਾਜ ਮਿਲਿਆ ਸੀ ਹਾਂਜੀ ਹਾਂ ਰਾਜੇ ਨਹੀਂ ਰਾਜਿਆਂ ਦੇ ਸਮਾਨ ਉਹਨਾਂ ਨੂੰ ਅਖਤਿਆਰ ਮਿਲਦਾ ਹੈ ਇਹ ਕਿਹਦੇ ਬਾਰੇ ਨਬੂਵਤ ਹੈ ਇਹ ਜਿਹੜਾ ਕੋਈ ਜਾਣਨਾ ਚਾਹੁੰਦਾ ਹੈ ਮੇਰੇ ਕੋਲ ਨਿੱਜੀ ਤੌਰ ਤੇ ਪੁੱਛ ਸਕਦਾ ਹਾਂ ਅੱਗੇ ਪੜਾਂਗੇ ਇੱਕੋ ਮਤ ਹੈ ਦੇਖੋ ਇਹ ਧਰਤੀ ਦੇ ਜਿਹੜੇ ਰਾਜੇ ਮਹਾਰਾਜੇ ਨੇ ਉਹ ਦਰਿੰਦੇ ਨਾਲ ਮਿਲੇ ਹੋਏ ਨੇ ਮਿਲ ਜਾਂਦੇ ਨੇ ਮਿਲ ਲੈਂਦਾ ਹੈ ਜਾਂ ਇਹ ਮਿਲ ਜਾਂਦੇ ਨੇ ਪਰ ਸਾਡਾ ਜਿਹੜਾ ਰਾਜਾ ਹੈ ਉਹ ਰਾਜਾ ਸਵਰਗੀ ਰਾਜਾ ਹੈ ਉਹ ਦਰਿੰਦੇ ਦੇ ਨਾਲ ਜੰਗ ਲੜਦਾ ਹੈ ਤੇ ਉਹ ਸਾਡਾ ਰਾਜਾਂ ਦਾ ਰਾਜਾ ਹੈ ਤੇ ਅਸੀਂ ਅੱਗੇ ਰਾਜੇ ਬਣਾਏ ਗਏ ਤੇ ਉਹਨੇ ਜੰਗ ਲੜਿਆ ਤੇ ਅਸੀਂ ਵੀ ਜੰਗ ਜਿਹੜਾ ਨਹੀਂ ਲੜੂਗਾ ਉਹ ਮਾਰਿਆ ਜਾਊ ਜੋ ਦੁਸ਼ਮਣ ਹੱਲਾ ਕਰਦਾ ਜੇ ਉਹਦਾ ਸਾਹਮਣਾ ਨਾ ਕੀਤਾ ਜਾਏ ਤੇ ਉਹ ਬਾਦਸ਼ਾਹ ਨੂੰ ਮਾਰ ਕੇ ਜਾਂ ਆਪਣਾ ਗੁਲਾਮ ਕਰਕੇ ਸਦਾ ਲਈ ਰੱਖ ਸਕਦਾ ਜੰਗ ਹੈ ਅਸੀਂ ਜੰਗ ਵਿੱਚੋਂ ਦੀ ਚੱਲ ਰਹੇ ਹਾਂਜੀ ਅੱਗੇ ਇਹ ਜਿਹੜੇ ਦਸ ਰਾਜੇ ਨੇ ਇਹ ਲੇਲੇ ਨਾਲ ਪਸ਼ੂ ਨਾਲ ਮਿਲ ਕੇ ਉਹ ਜਾਨਵਰ ਨਾਲ ਦਰਿੰਦੇ ਨਾਲ ਮਿਲ ਕੇ ਯੁੱਧ ਕਰਨਗੇ ਲੇਲਾ ਉਹਨਾਂ ਉੱਤੇ ਫਤਿਹ ਪਾਵੇਗਾ ਉਹ ਪ੍ਰਭੂਆਂ ਦਾ ਪ੍ਰਭੂ ਹਾਂ ਰਾਜਿਆਂ ਦਾ ਰਾਜਾ ਹੈ ਸੁਣੋ ਉਹਦੇ ਨਾਲ ਉਹ ਵੀ ਜਿਹੜੇ ਸੱਦੇ ਹੋਏ ਚੁਣੇ ਹੋਏ ਮਾਤਬਰ ਹਨ ਤੁਸੀਂ ਸੱਦੇ ਹੋਏ ਹੋ ਚੁਣੇ ਹੋਏ ਹੋ ਪ੍ਰਭੂ ਦੇ ਦਾਸ ਮਾਤਬਰ ਨੇ ਉਹ ਵੀ ਉਹਦੇ ਨਾਲ ਯੁੱਧ ਲੜਨਗੇ ਜਿਹੜੇ ਲੜਨਗੇ ਪਤਾ ਪਾਉਣਗੇ ਉਹਦੇ ਨਾਲ ਰਾਜ ਆਵਾਜ਼ ਨਹੀਂ ਆਉਂਦੀ ਜਿਹੜੇ ਯੁੱਧ ਲੜਨਗੇ ਫਤਿਹ ਪਾਉਣਗੇ ਯਸੂ ਦੀ ਤਰ੍ਹਾਂ ਉਹਦੇ ਨਾਲ ਰਾਜ ਹਾਂ ਇਹ ਕੋਈ ਐਵੇਂ ਬਾਬਾ ਪੂਰੀ ਵਾਲਾ ਯਾਰਵੀਂ ਦਾ ਪੀਰ ਫਲਾਣਾ ਲੱਖ ਦਾਤਾ ਨਹੀਂ ਆ ਇਹ ਪ੍ਰਭੂ ਹੈ ਪ੍ਰਭੂਆਂ ਦਾ ਪ੍ਰਭੂ ਹੈ ਜਿਹਨੂੰ ਅਸੀਂ ਮੰਨਦੇ ਹਾਂ ਦੇਖੋ 10 ਬੰਦੇ ਸਰਪੰਚੀ ਲਈ ਖੜੇ ਹੋਏ ਹੋਣ ਤੇ ਇੱਕ ਵੋਟ ਪਾਉਣ ਜਾਂਦਾ ਹੈ ਦੂਜਾ ਵੀ ਜਾਂਦਾ ਤੀਜਾ ਵੀ ਕਹਿੰਦੇ ਯਾਰ ਆ ਵੀ ਬੰਦਾ ਚੰਗਾ ਆ ਵੀ ਚੰਗਾ ਬਾਲਟੀ ਵਾਲਾ ਵੀ ਛਿੱਕੂ ਵਾਲਾ ਵੀ ਚੰਗਾ ਕਹੀ ਵਾਲਾ ਵੀ ਚੱਲ ਸਾਰਿਆਂ ਤੇ ਸਹੀ ਮਾਰ ਦਿੰਦੇ ਉਹਦੀ ਵੋਟ ਕਿਹਨੂੰ ਗਈ ਕਿਹਨੂੰ ਨਹੀਂ ਉਹਦੀ ਵੋਟ ਕੈਂਸਲ ਤੇ ਜਿਹੜੇ ਏਦਾਂ 10-10, 15-15, 20 ਬਾਬਿਆਂ ਨੂੰ ਮੰਨਣ ਵਾਲੇ ਆ ਨਾ ਉਹਨਾਂ ਦੀ ਵੋਟ ਵੀ ਇੱਕੋ ਪ੍ਰਭੂ ਹੈ ਇਸ ਲਈ ਇੱਕੇ ਨੂੰ ਮੰਨਣਾ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰਾ ਨਾ ਇੱਕੋ ਹੈ ਇੱਕੋ ਪ੍ਰਭੂ ਹੈ ਉਹ ਪ੍ਰਭੂ ਯਸੂ ਮਸੀਹ ਆਪਾਂ ਪ੍ਰਭੂ ਦੇ ਲੋਕ ਹਾਂ ਉਹਨੇ ਜੰਗ ਲੜਿਆ ਸ਼ੈਤਾਨ ਤੇ ਜਿੱਤ ਪਾਈ ਆਪਾਂ ਵੀ ਜਿੱਤ